ਯੁਵਰਾਜ ਹੰਸ ਦੇ ਨਾਲ ਫਿਲਮ ਮੁੰਡਾ ਰੌਕ ਸਟਾਰ ਦੇ ਵਿੱਚ ਨਜ਼ਰ ਆਈ ਅਦਾਕਾਰਾ ਅਦਿਤੀ ਆਰਿਆ ਨੇ ਹਾਲ ਹੀ ਦੇ ਵਿੱਚ ਇੱਕ ਵੀਡੀਓ ਸਾਂਝਾ ਕੀਤਾ ਹੈ ਜਿਸ ਨੇ ਸਭ ਨੂੰ ਹੈਰਾਨ ਕਰ ਦਿੱਤਾ ਹੈ। ਇਸ ਵੀਡੀਓ ਦੇ ਵਿੱਚ ਅਦਾਕਾਰਾ ਨੇ ਦੱਸਿਆ ਕਿ ਕਿਸੇ ਨੇ ਉਸਦੀ ਥਾਰ ਗੱਡੀ ਨੂੰ ਬਹੁਤ ਨੁਕਸਾਨ ਪਹੁੰਚਾਇਆ ਜੋ ਕਿ ਬੇਹੱਦ ਗਲਤ ਹੈ। ਜੀ ਹਾਂ, ਦੱਸ ਦਈਏ ਕਿ ਅਦਿਤੀ ਆਰਿਆ ਅਦਾਕਾਰੀ ਦੇ ਨਾਲ ਨਾਲ ਸੋਸ਼ਲ ਮੀਡੀਆ ਉੱਤੇ ਕਾਫ਼ੀ ਐਕਟਿਵ ਰਹਿੰਦੀ ਹੈ। ਅਦਿਤੀ ਨੇ ਹਾਲ ਹੀ ਦੇ ਵਿੱਚ ਆਪਣੇ ਇੰਸਟਾਗ੍ਰਾਮ ਅਕਾਊਂਟ ਉੱਤੇ ਵੀਡੀਓਜ਼ ਪੋਸਟ ਕਰਕੇ ਫੈਨਸ ਦੇ ਨਾਲ ਆਪਣੀ ਨਿੱਜੀ ਜ਼ਿੰਦਗੀ ਬਾਰੇ ਅਪਡੇਟ ਸਾਂਝਾ ਕੀਤਾ। ਇਸ ਵੀਡੀਓ ਦੇ ਵਿੱਚ ਅਦਾਕਾਰਾ ਨੇ ਵਿਖਾਇਆ ਕਿ ਕਿੰਜ ਕਿਸੇ ਅਣਜਾਣ ਵਿਅਕਤੀ ਨੇ ਘਰ ਦੇ ਹੇਠਾਂ ਖੜ੍ਹੀ ਗੱਡੀ ਯਾਨੀ ਕਿ ਉਸਦੀ ਥਾਰ ਦੇ ਸਾਰੇ ਸ਼ੀਸ਼ੇ ਭੰਨ ਦਿੱਤੇ ਅਤੇ ਗੱਡੀ ਦੀ ਤੋੜ ਫੋੜ ਕਰਕੇ ਕਾਫ਼ੀ ਨੁਕਸਾਨ ਪਹੁੰਚਾਇਆ। ਇਸ ਦੌਰਾਨ ਅਦਾਕਾਰਾ ਨੇ ਇਹ ਵੀ ਕਿਹਾ ਕਿ ਮੈਨੂੰ ਲੱਗਦਾ ਹੈ ਕਿ ਇਹ ਕਿਸੇ ਹੇਟਰ ਦਾ ਹੀ ਕੰਮ ਹੋ ਸਕਦਾ ਹੈ। ਅਦਾਕਾਰਾ ਨੇ ਆਪਣੀ ਵੀਡੀਓ ਦੇ ਵਿੱਚ ਅੱਗੇ ਕਿਹਾ ਕਿ ਕਿਰਪਾ ਕਰਕੇ ਅਜਿਹੀਆਂ ਹਰਕਤਾਂ ਨਾ ਕਰਿਆ ਕਰੋ ਕਿਉਂਕਿ ਗੱਡੀ ਤਾਂ ਬਣ ਜਾਊਗੀ ਪਰ ਜੇਕਰ ਗੱਡੀ ਦੇ ਵਿੱਚ ਅਸੀਂ ਜਾਂ ਘਰ ਦਾ ਕੋਈ ਹੋਰ ਮੈਂਬਰ ਹੁੰਦਾ ਤਾਂ ਉਸਦੀ ਜਾਨ ਵੀ ਜਾ ਸਕਦੀ ਸੀ। ਤੁਸੀਂ ਆਪਣੀ ਕੁਝ ਸੈਕਿੰਡਸ ਦੀ ਸੈਟਿਸਫੈਕਸ਼ਨ ਦੇ ਲਈ ਕਿਸੇ ਦਾ ਵੀ ਨੁਕਸਾਨ ਕਰ ਦਿੰਦੇ ਹੋ। ਚੰਗੀ ਗੱਲ ਇਹ ਹੈ ਕਿ ਸ਼ਾਇਦ ਜਿਸ ਕਿਸੇ ਨੇ ਇਹ ਕੀਤਾ ਉਸਦੇ ਮਨ ਨੂੰ ਸਕੂਨ ਮਿਲ ਗਿਆ ਹੋਵੇਗਾ ਅਤੇ ਅੱਜ ਉਹ ਰਾਤ ਨੂੰ ਚੈਨ ਦੀ ਨੀਂਦ ਸੋਵੇਗਾ। ਦੱਸ ਦਈਏ ਕਿ ਅਦਾਕਾਰਾ ਨੇ ਕਿਹਾ ਕਿ ਜੇਕਰ ਤੁਸੀਂ ਕਿਸੇ ਨੂੰ ਪਸੰਦ ਨਹੀਂ ਕਰਦੇ ਤਾਂ ਇਸਦਾ ਮਤਲਬ ਇਹ ਨਹੀਂ ਕਿ ਤੁਸੀਂ ਕਿਸੇ ਦਾ ਕੁਝ ਵੀ ਵੱਡਾ ਨੁਕਸਾਨ ਕਰਦੇ ਹੋ। ਆਪਣੇ ਮਨ ਅਤੇ ਦਿਮਾਗ ਦੇ ਵਿੱਚ ਆਉਣ ਵਾਲੇ ਵਿਚਾਰਾਂ ਉੱਤੇ ਗੌਰ ਕਰੋ ਅਤੇ ਫਿਰ ਕਿਸੇ ਤਰ੍ਹਾਂ ਦਾ ਐਕਸ਼ਨ ਲਵੋ। ਜੀ ਹਾਂ, ਉਸਨਾਂ ਦੀ ਇਹ ਸਭ ਕੁਛ ਕਿਹਾ ਆਪਣੀ ਇਸ ਵੀਡੀਓ ਦੇ ਵਿੱਚ, ਤੁਸੀਂ ਵੀ ਦੇਖੋ ਇਹ ਵੀਡੀਓ। ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ। ਵੈਲ ਜਦ ਅੱਜ ਮੈਂ ਸਵੇਰੇ ਉੱਠੀ ਮੈਂ ਬੜਾ ਡਰ ਕੇ ਉੱਠੀ। 5:10 ਦਾ ਟਾਈਮ ਸੀਗਾ ਅਤੇ ਮੈਂ ਆਪਣੇ ਘਰ ਦੇ ਸਾਹਮਣੇ ਜਦ ਆਪਣੀ ਗੱਡੀ ਦਾ ਹਾਲ ਇੱਦਾਂ ਦਾ ਦੇਖਿਆ, ਆਈ ਵਾਸ ਸ਼ੌਕਡ। ਇਹ ਉਹ ਗੱਡੀ ਹੈ ਜਿਹੜੀ ਮੈਂ ਅਤੇ ਮੇਰਾ ਦੋਸਤ ਚਲਾਉਂਦੇ ਹਾਂ ਅਤੇ ਮੈਂ ਪੂਰੀ ਪ੍ਰਮੋਸ਼ਨਸ ਇਹ 'ਚ ਕੀਤੀਆਂ, ਟੀਮ ਨਾਲ ਸਾਰਾ ਕੰਮ ਆਪਾਂ ਇਸ 'ਚ ਹੀ ਕਰਦੇ ਹਾਂ ਅਤੇ ਬੜਾ ਅਜੀਬ ਜਿਹਾ ਲੱਗਿਆ। ਮਤਲਬ ਪਹਿਲਾਂ ਮੈਂ ਡਰ ਹੀ ਰਹੀ ਪਰ ਫਿਰ ਚਲੋ ਹੁਣ ਮੈਨੂੰ ਲੱਗਦਾ ਕਿ ਹੁਣ ਮੈਂ ਸਾਰਿਆਂ ਸਾਹਮਣੇ ਬੋਲ ਸਕਦੀ ਹਾਂ ਕਿ ਹੁਣ ਮੈਨੂੰ ਸ਼ਾਇਦ ਥੋੜ੍ਹੀ ਬਹੁਤ ਕਿਤੇ ਨਾ ਕਿਤੇ ਖੁਸ਼ੀ ਆ ਕਿ ਜਿਸ ਕਿਸੇ ਨੇ ਵੀ ਇਹ ਜਿਹਾ ਕੀਤਾ ਹੁਣ ਸ਼ਾਇਦ ਮੈਨੂੰ ਲੱਗਦਾ ਕਿ ਉਹਨਾਂ ਦੀ ਜਿਹੜੀ ਵੀ ਨਫ਼ਰਤ ਹੈ ਜਾਂ ਕੋਈ ਵੀ ਐਂਗਰ ਹੈ ਉਹ ਠੰਡ ਪੈ ਗਈ ਉਹਨਾਂ ਨੂੰ ਅਤੇ ਉਹਨਾਂ ਨੂੰ ਅੱਜ ਚੰਗੀ ਨੀਂਦ ਆਏਗੀ, ਵਿਚ ਇਜ਼ ਫਾਈਨ, ਵਿਚ ਇਜ਼ ਆਈ ਐਮ ਓਕੇ ਵਿਦ। ਖੁਸ਼ੀ ਹੈ ਕਿ ਤੁਸੀਂ ਅੱਜ ਚੰਗੇ ਤਰੀਕੇ ਨਾਲ ਸੋ ਸਕੋਗੇ ਅਤੇ ਇਹਦੇ ਨਾਲ ਇਹ ਵੀ ਰਿਅਲਾਈਜ਼ ਹੁੰਦਾ ਕਿ ਭਾਵੇਂ ਅਸੀਂ ਕੁਛ ਵੀ ਕਰ ਲਈਏ ਕੁਛ ਨਾ ਕੁਛ ਤੇ ਰਹਿ ਹੀ ਜਾਂਦਾ, ਐਵਰੀਥਿੰਗ ਇਜ਼ ਜਸਟ ਨੋਟ ਇਨਫ ਤੇ ਐਜ਼ ਐਨ ਆਰਟਿਸਟ ਦੁੱਖ ਲੱਗਦਾ ਕਿਉਂਕਿ ਅਸੀਂ ਜੋ ਵੀ ਕਰਦੇ ਸਾਡੇ ਲਈ ਕਰਦੇ ਹਾਂ ਯਾਰ, ਜੋ ਵੀ ਹੈ ਇੰਨਾ ਨਾ ਪਿਆਰ ਦਿਓ ਯਾਰ। ਚਲੋ ਇਹ ਤਾਂ ਫੇਰ ਗੱਡੀ ਆ, ਇਹ ਫੇਰ ਠੀਕ ਹੋ ਸਕਦੀ ਪਰ ਮੈਨੂੰ ਇਸ ਚੀਜ਼ ਤੋਂ ਇਹ ਰਿਅਲਾਈਜ਼ ਹੁੰਦਾ ਕਿ ਜਿੰਨਾ ਆਪਾਂ ਇੱਕ ਦੂਜੇ ਲਈ ਨਫ਼ਰਤ ਲੈ ਕੇ ਘੁੰਮਦੇ ਹਾਂ ਉਹ ਆਪਾਂ ਕਿੱਦਾਂ ਠੀਕ ਕਰਾਂਗੇ। ਮਤਲਬ ਅਸੀਂ ਇੱਕ ਸੈਕਿੰਡ ਨਹੀਂ ਲਾਇਆ ਕੋਈ ਵੀ ਚੀਜ਼ ਡੈਮੇਜ ਕਰਨ ਨੂੰ, ਮਤਲਬ ਕੱਲ੍ਹ ਨੂੰ ਤੁਸੀਂ ਕਿਸੇ ਬੰਦੇ ਦੀ ਜਾਨ ਵੀ ਲੈ ਸਕਦੇ ਹੋ, ਕੁਛ ਵੀ ਕਰ ਸਕਦੇ ਹੋ, ਕੁਛ ਵੀ ਹੋ ਸਕਦਾ ਯਾਰ। ਦੁਨੀਆ ਬਹੁਤ ਛੋਟੀ ਹੈ, ਜ਼ਿੰਦਗੀ ਬਹੁਤ ਛੋਟੀ ਹੈ, ਪਿਆਰ ਵੰਡੋ, ਖੁਸ਼ ਰਹੋ, ਇਸ ਚੀਜ਼ਾਂ 'ਚੋਂ ਕੁਛ ਵੀ ਨਹੀਂ ਨਿਕਲਣਾ, ਆਈ ਸਵੇਅਰ ਕੁਛ ਵੀ ਨਹੀਂ ਹੋਣਾ। ਮਤਲਬ ਇਹ ਸਿਰਫ ਟੈਂਪਰੇਰੀ ਡੈਮੇਜ ਜੇ ਤੁਸੀਂ ਕਰ ਵੀ ਦਿੰਦੇ ਹੋ, ਹੈਨਾ, ਇਹ ਬਸ 5 ਸੈਕਿੰਡ ਦੀ ਸੈਟਿਸਫੈਕਸ਼ਨ ਹੈ। ਅਦਿਤੀ ਆਰਿਆ ਦੀ ਬੋਏਫ੍ਰੈਂਡ ਦੀ ਗੱਲ ਕਰੀਏ ਤਾਂ ਕਈ ਗਾਣਿਆਂ ਦੇ ਵਿੱਚ ਨਜ਼ਰ ਆ ਚੁੱਕੀ ਹੈ, ਹਾਲਾਂਕਿ ਉਹਨਾਂ ਨੇ ਗਾਣੇ ਵੀ ਗਾਏ ਨੇ। ਹਾਲ ਹੀ ਦੇ ਵਿੱਚ ਅਦਿਤੀ ਨੇ ਯੁਵਰਾਜ ਹੰਸ ਦੀ ਫਿਲਮ ਮੁੰਡਾ ਰੌਕ ਸਟਾਰ ਰਾਹੀਂ ਪੰਜਾਬੀ ਫਿਲਮ ਇੰਡਸਟਰੀ ਦੇ ਵਿੱਚ ਇੱਕ ਹੋਰ ਫਿਲਮ ਕੀਤੀ ਹੈ। ਜੀ ਹਾਂ, ਇਸ ਫਿਲਮ ਦੇ ਵਿੱਚ ਦਰਸ਼ਕਾਂ ਨੇ ਅਦਿਤੀ ਵੱਲੋਂ ਨਿਭਾਏ ਕਿਰਦਾਰ ਦੀ ਕਾਫੀ ਤਾਰੀਫ ਵੀ ਕੀਤੀ ਹੈ। ਸਬਸਕ੍ਰਾਈਬ ਟੂ ਵਨ ਇੰਡੀਆ ਚੈਨਲ ਐਂਡ ਨੈਵਰ ਮਿਸ ਐਨ ਅਪਡੇਟ।